ਅਮ੍ਰਿਤਪਾਲ ਸਿੰਘ ਹੋਰਾਂ ਦੀ ਗੱਲ ਕਰ ਲਈਏ ਇਹਨਾਂ ਦਿਨਾਂ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਨੇ ਗੁਰੂ ਘਰਾਂ ਦੇ ਵਿੱਚੋਂ ਬੈਂਚ ਕੁਰਸੀਆਂ ਕਢਵਾ ਕੇ ਬਾਹਰ ਸੁੱਟ ਦਿੱਤੇ ਨੇ ਇਵਨ ਅੱਗ ਹੀ ਲਗਾ ਦਿੱਤੀ ਹੈ ਜੇ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਵਿਰੋਧ ਕੀਤਾ ਹੈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵਿਰੋਧ ਕੀਤਾ ਹੈ ਹੋਰ ਕੌਣ-ਕੌਣ ਇਹਨਾਂ ਦੇ ਖਿਲਾਫੀਤ ਕਰ ਰਿਹਾ ਦੇਖੋ ਵਿਰੋਧ ਕਰਨ ਵਾਲਿਆਂ ਦੀ ਸੂਚੀ ਵੀ ਕਾਫੀ ਲੰਬੀ ਹੈ ਤੇ ਹਮਾਇਤ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਜੀ ਇਸ ਨਾਲ ਇੱਕ ਤੇ ਗੱਲ ਹੋਈ ਹੈ ਨਾ ਕਿ ਵਖਰੇਵਾ ਪੈਦਾ ਹੋਇਆ ਚਾਹੇ ਉਹ ਗਲਤ ਹੋ ਰਿਹਾ ਸੀ ਠੀਕ ਹੋ ਰਿਹਾ ਸੀ ਜਾਂ ਉਹਨੂੰ ਠੀਕ ਕਿਵੇਂ ਕੀਤਾ ਜਾਣਾ ਸੀ ਇਹ ਸਾਰੀਆਂ ਗੱਲਾਂ ਵਿਚਾਰ ਵਟਾਂਦਰੇ ਦੇ ਜ਼ਰੀਏ ਹੋਣ ਇਹ ਗੱਲ ਇੱਕ ਕਾਮਨ ਜਿਹੜੀ ਆ ਉਹ ਨਿਕਲ ਕੇ ਆ ਰਹੀ ਹੈ ਬਹੁਤ ਸਾਰੇ ਜਿਹੜੇ ਸਾਡਾ ਯੂਥ ਹੈ ਜੋ ਬਹੁਤ ਭਾਵਨਾਤਮਕ ਤੌਰ ਤੇ ਜੁੜਿਆ ਹੋਇਆ ਉਹ ਤੇ ਸਪਸ਼ਟ ਤੌਰ ਤੇ ਗੱਲ ਕਹਿ ਰਿਹਾ ਕਿ ਅਵਰਤ ਪਾਤ ਸਿੰਘ ਹੋਰਾਂ ਨੇ ਠੀਕ ਕੀਤਾ ਪਰ ਜਿਹੜੇ ਦਲੀਲਾਂ ਬਹਿਸ ਹੋਰ ਚੀਜ਼ਾਂ ਵਿੱਚੋਂ ਨਿਕਲ-ਨਿਕਲ ਕੇ ਆਉਂਦੀਆਂ ਨੇ ਨਾ ਉਸ ਨਾਲ ਭਰਾ ਮਾਰੂ ਜੰਗ ਹੋਣ ਦਾ ਖਤਸ਼ਾ ਜਿਹੜਾ ਉੱਭਣਿਆ ਇਸ ਨਾਲ ਵਿਚਾਰਾਂ ਦਾ ਬਖਰੇਮਾ ਤਾਂ ਹੈ ਹੀ ਐ ਨਾਲ ਨਾਲ ਕੁਝ ਇਹੋ ਜਿਹੀਆਂ ਗੱਲਾਂ ਵੀ ਨਿਕਲਣਗੀਆਂ ਜਿਸ ਨਾਲ ਕਿਤੇ ਕਿਤੇ ਖੈਬਾਜੀ ਜਾਂ ਕੋਈ ਹਿੰਸਕ ਝੜਪਦਾ ਵੀ ਮੌਕਾ ਬਣ ਸਕਦਾ ਹੈ ਹੁਣ ਜਿਹੜੇ ਤੁਸੀਂ ਬਲਜੀਤ ਸਿੰਘ ਤਤੂਵਾਲ ਹੋਣਾ ਦਾ ਨਾਮ ਲਿਆ ਰঞ্জੀਤ ਸਿੰਘ ਢੱਡਰੀਆਂ ਵਾਲਾ ਦਾ ਨਾਮ ਲਿਆ ਇਹਨਾਂ ਦੀ ਆਪਣੇ ਤੌਰ ਤੇ ਹਮਾਇਤ ਤੇ ਵਿਰੋਧਤਾ ਵੀ ਹੈ ਦੋਮਾਗੋਦੀ ਹੋਰ ਵੀ ਜਿਨ੍ਹਾਂ ਨੇ ਗੱਲ ਕੀਤੀ ਹੈ ਉਹਨਾਂ ਦੀ ਵੀ ਇਸੇ ਤਰ੍ਹਾਂ ਹੀ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਹਿਸਾਬ ਨਾਲ ਤਰਕ ਜਿਹੜਾ ਉਹ ਦਿੱਤਾ ਉਹ ਕਹਿੰਦੇ ਸਮਾਨ ਦਾ ਕੋਈ ਕਸੂਰ ਨਹੀਂ ਇਹ ਸਮਾਨ ਗੁਰੂ ਦੀ ਗੋਲਕ ਤੇ ਵਿੱਚੋਂ ਤਿਆਰ ਹੁੰਦਾ ਸਮਾਨ ਨੂੰ ਕਿਸੇ ਨੂੰ ਲੋੜਵੰਦ ਨੂੰ ਦੇ ਦਿੱਤਾ ਜਾਵੇ ਸਮਾਨ ਨਹੀਂ ਪਾਪੀ ਹੁੰਦਾ ਇਹ ਬਲਜੀਤ ਸਿੰਘ ਦਾਦੂਵਾਲ ਹੋਣਾ ਦਾ ਕਹਿਣਾ ਦੋ ਤਿੰਨ ਗੱਲਾਂ ਉਹਨਾਂ ਨੇ ਹੋਰ ਕੀਤੀਆਂ ਕਿ ਇਹ ਜਿਹੜਾ ਮਰਿਆਦਾ ਦਾ ਸਿਸਟਮ ਹੈ ਜਾਂ ਸਰਕਾਰ ਵਾਲੀ ਗੱਲ ਹੈ ਇਸ ਨੂੰ ਗੁਰਮਰਿਆਦਾ ਅਨਸਾਰ ਹੀ ਲਾਗੂ ਕੀਤਾ ਜਾਵੇ ਤੇ ਤਰੀਕਾ ਲਾਗੂ ਕਰਨ ਦਾ ਵੀ ਗੁਰਮਰਿਆਦਾ ਵਾਲਾ ਹੋਵੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਜਿੱਥੇ ਜਿਹੜੇ ਗੁਰੂ ਘਰ ਦੇ ਵਿੱਚ ਇਹੋ ਜੀ ਗੱਲ ਆ ਉੱਥੇ ਪ੍ਰਬੰਧਕਾਂ ਨੂੰ ਸਮਝਾਇਆ ਜਾਵੇ ਇਹ ਬਲਜੀਤ ਸਿੰਘ ਦਾਦੂਵਾਲ ਹੋਣਾ ਨੇ ਕਿਹਾ ਉਹਨਾਂ ਦੇ ਵਿਰੋਧੀ ਬਲਜੀਤ ਸਿੰਘ ਦਾਦੂਵਾਲ ਹੋਣਾ ਦੇ ਉਹਨਾਂ ਦੇ ਕਾਫੀ ਖਿਲਾਫ ਬੋਲਦੇ ਨੇ ਕੋਈ ਉਹਨਾਂ ਨੂੰ ਕੋਸ਼ ਆਖਦਾ ਕੋਈ ਕੋਈ ਆਖਦਾ ਅਸੀਂ ਓਖਰ ਨਾਂ ਵਰਤੀਏ ਕਰਜੀਤ ਕੌਰ ਬੀਬੀ ਕਰਜੀਤ ਕੌਰ ਸ਼ਰਮਲੀ ਕੋ ਤਰਫ ਪਰਵੰਧਕ ਕਮੇਟੀ ਦੀ ਮੈਂਬਰ ਤੇ ਅਕਾਲੀ ਦਲ ਦੀ ਵੱਡੀ ਆਗੂ ਹੈ। ਉਹਨਾਂ ਨੇ ਬੁਰਸ਼ਾ ਕਰਦੀ ਲਫ਼ਜ਼ ਵਰਤਿਆ। ਬੁਰਸ਼ਾ ਕਰਦੀ ਤੁਸੀਂ ਸਮਝਦੇ ਹੋ ਕਿ ਹੁਲੜਬਾਜ਼ੀ ਜਾਂ ਕੁਝ ਵੀ ਜਿਸ ਤਰ੍ਹਾਂ ਦਾ ਮਰਜੀ ਮਰਜੀ ਤੁਸੀਂ ਇਸ ਨੂੰ ਵਿਸ਼ਲੇਸ਼ਣ ਹੋਰ ਇਸ ਦੇ ਨਾਲ ਜੋੜ ਲਾਓ। ਉਹਨਾਂ ਨੇ ਇਹ ਲਫ਼ਜ਼ ਵਰਤੇ ਨੇ ਕਿ ਇਹ ਕਿਹੜਾ ਖਾਲਸਾ ਹੈ ਜਿਹੜਾ ਚਲਦੇ ਦੀਵਾਨ ਰੋਕ ਕੇ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਤੇ ਲੋਕਾਂ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ। ਇਸ ਸੰਗਤ ਦੀ ਬੇਅਦਬੀ ਅਤੇ ਨਿੰਦਣਯੋਗ ਹੈ। ਨਾਲ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਗੁਰੂ ਘਰਾਂ ਦੇ ਵਿੱਚ ਮੈਂ ਵੇਖਿਆ ਹੋਇਆ ਕਿ ਫਰਸ਼ ਤੋਂ ਨੀਵੇਂ ਪੱਧਰ ਤੇ ਜਿੱਥੇ ਆਮ ਸੰਗਤ ਚੌਕੜਾ ਮਾਰ ਕੇ ਬੈਠਦੀ ਹੈ ਉਸ ਨਾਲੋਂ ਹੇਠਲੇ ਇੱਕ ਛੋਟੇ ਪੱਧਰ ਤੇ ਜਿਹੜਾ ਸੰਗਤ ਵਾਸਤੇ ਜਿਨ੍ਹਾਂ ਕੋਲੋਂ ਨਹੀਂ ਬਹਿ ਹੁੰਦਾ ਉਹਨਾਂ ਵਾਸਤੇ ਕੋਈ ਬੈਂਚ ਜਾਂ ਕੁਰਸੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਲਾਈ ਗਈ ਹੈ। ਤੇ ਨਾਲ ਉਹ ਅੱਗੇ ਆਖਦੇ ਨੇ ਕਿ ਜਦੋਂ ਅਸੀਂ ਸਾਹਮਣੇੋਂ ਖਲੋ ਕੇ ਦੂਰੋਂ ਸੰਗਤ ਨੂੰ ਵੇਖਦੇ ਹਾਂ ਤੇ ਸਾਰਿਆਂ ਦੇ ਸਿਰ ਬਰਾਬਰ ਨਜ਼ਰ ਆਉਂਦੇ ਨੇ ਇਸ ਕਰਕੇ ਊਚ ਨੀਚ ਵਾਲੀ ਗੱਲ ਨਹੀਂ ਉਥੇ ਪਰ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ ਇਹ ਬੀਬੀ ਕਿਰਨਜੀਤ ਕੌਰ ਨੇ ਕਿਹਾ ਹੁਣ ਨਵੀਂ ਜਿਹੜੀ ਆਪਣੇ ਕਮੇਟੀ ਹੁਣ ਚੁਣੀ ਗਈ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਭਾਵੇਂ ਕਿ ਪ੍ਰਧਾਨ ਪੁਰਾਣੇ ਨੇ ਹੋਰ ਅਹੁਦੇਦਾਰ ਵੀ ਪੁਰਾਣੇ ਹੈਗੇ ਪਰ ਸਕੱਤਰ ਜਿਹੜੇ ਗੁਰਚੰਦ ਸਿੰਘ ਗਰੇਵਾਲ ਨੇ ਉਹਨਾਂ ਨੇ ਕਿਹਾ ਕਿ ਮਰਿਆਦਾ ਲਾਗੂ ਹੋਣੀ ਚਾਹੀਦੀ ਹੈ ਪਰ ਤਰੀਕਾ ਬਹੁਤ ਗਲਤ ਹੈ ਇਹ ਤਰੀਕਾ ਸਹੀ ਨਹੀਂ ਹੈ ਇਸ ਤਰ੍ਹਾਂ ਹਿੱਸਾ ਹੋਣ ਦਾ ਡਰ ਰਹਿੰਦਾ ਤੇ ਰੌਲਾ ਰੱਪਾ ਪੈਂਦਾ ਹੈ ਗੁਰੂ ਦੀਤ ਤੇ ਸੰਗਤ ਦੀ ਤੇ ਹੋਰਨਾਂ ਚੀਜ਼ਾਂ ਦੀ ਬਿਹਤਰੀ ਹੁੰਦੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੇ ਇਸ ਵੇਲੇ ਆਗੂ ਜਿਹੜੇ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਕੰਮ ਵਿੱਚ ਨਾ ਪਾਓ ਅਮਰਤਪਾਲ ਸਿੰਘ ਦਾ ਇਹ ਕੰਮ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਇੱਕ ਪਾਸੇ ਹੋ ਕੇ ਜਾਂ ਓਲੇ ਹੋ ਕੇ ਗੁਰਬਾਣੀ ਕਿਸੇ ਚੀਜ਼ ਤੇ ਬੈਠ ਕੇ ਸਰਵਣ ਕਰ ਲੈਂਦੇ ਨੇ ਉਹ ਠੀਕ ਹੈ। ਦਿੱਲੀ ਦੇ ਗੁਰੂ ਘਰਾਂ ਦੇ ਵਿੱਚ ਬਾਰੇ ਉਹਨਾਂ ਨੇ ਗੱਲ ਕੀਤੀ ਹੈ। ਕਿ ਦਿੱਲੀ ਦੇ ਗੁਰੂ ਘਰਾਂ ਦੇ ਵਿੱਚ ਦਰਬਾਰ ਹਾਲ ਤੇ ਲੰਗਰ ਦੇ ਵਿੱਚ ਇਸ ਤਰ੍ਹਾਂ ਬੈਂਚਾਂ ਜਾਂ ਕੁਰਸੀਆਂ ਦਾ ਪ੍ਰਬੰਧ ਹੈ ਜੇ ਕਿਸੇ ਨੂੰ ਇਤਰਾਜ਼ ਹੈ ਤੇ ਉਹ ਆਪਣੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਦਰਜ ਕਰੇ ਕਿ ਫਲਾਂ ਗੁਰੂ ਘਰ ਦੇ ਵਿੱਚ ਬੇਅਦਬੀ ਹੋ ਰਹੀ ਤੇ ਇਸ ਤਰ੍ਹਾਂ ਗੁਰੂ ਦੀ ਬਰਾਬਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਭਰਾ ਮਾਰੂ ਜੰਗ ਉਹਨਾਂ ਨੇ ਜਿਹੜਾ ਲਫ਼ਜ਼ ਹੈ ਉਹ ਵਰਤਿਆ ਪਰਮਜੀਤ ਸਿੰਘ ਸਰਨਾ ਹੁਣਾਂ ਨੇ ਕਿਹਾ ਜੀ ਕਿ ਇਸ ਵਿੱਚ ਕਿਸੇ ਆਪਣੇ ਕਿਸੇ ਇੱਕ ਵਿਅਕਤੀ ਦੀ ਗੱਲ ਨਹੀਂ ਹੈ ਇੱਕ ਵਿਅਕਤੀ ਇਸ ਵਿੱਚ ਕੋਈ ਫੈਸਲੇ ਨਾ ਲਵੇ ਤੇ ਨਾ ਇਸ ਤਰ੍ਹਾਂ ਨੌਜਵਾਨਾਂ ਨੂੰ ਨਾਲ ਲੈ ਕੇ ਕੋਈ ਕਾਰਵਾਈ ਕਰੇ ਜੇ ਕਿਸੇ ਨੂੰ ਵੀ ਕੋਈ ਵੀ ਇਤਰਾਜ਼ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਲਿਖਤੀ ਸ਼ਿਕਾਇਤ ਜਿਹੜੀ ਆ ਉਹ ਦਰਜ ਕਰੇ ਦਿੱਲੀ ਕਮੇਟੀ ਦੇ ਹੀ ਇੱਕ ਹੋਰ ਆਗੂ ਮਨਜੀਤ ਸਿੰਘ ਭੋਮਾ ਕਹਿੰਦੇ ਨੇ ਕਿ ਸਭ ਪਾਸੇ ਰੁਕਣਾ ਤਾਂ ਫੇਰ ਰੋਕੋ ਕਿਸੇ ਇੱਕ ਗੁਰਦੁਆਰਾ ਸਾਹਿਬ ਤੇ ਕਾਰਵਾਈ ਕਰਨੀ ਜਿਹੜੀ ਆ ਉਹ ਜਾਇਜ਼ ਨਹੀਂ ਜਿੱਥੇ ਰੁਕਣਾ ਉਹ ਇੱਕੋ ਤਰੀਕੇ ਨਾਲ ਰੋਕੋ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਰੋਕਿਆ ਜਾਣਾ ਚਾਹੀਦਾ ਤੇ ਜੁਰਾਬਾਂ ਦਾ ਮਸਲਾ ਵੀ ਕਈਆਂ ਨੇ ਉਠਾਇਆ ਕਿ ਕਈ ਗੁਰੂ ਘਰਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਬਿਲਕੁਲ ਜਰਾਬਾਂ ਪਾ ਕੇ ਜਾਣ ਦੀ ਇਜਾਜ਼ਤ ਹੈ ਬਹੁਤ ਘੱਟ ਕੋਈ ਗੁਰੂ ਘਰ ਹੋਣਗੇ ਵਿਦੇਸ਼ਾਂ ਦੇ ਵਿੱਚ ਜਿੱਥੇ ਇਸ ਤਰ੍ਹਾਂ ਜਰਾਬਾਂ ਉਤਾਰ ਕੇ ਅੰਦਰ ਜਾਣ ਦੀ ਸੰਗਤ ਨੂੰ ਹਦਾਇਤ ਜਿਹੜੀ ਕੀਤੀ ਜਾਂਦੀ ਹੈ ਜੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਗ੍ਹਾ ਤੇ ਜਰਾਬਾਂ ਵਗੈਰਾ ਪਾ ਕੇ ਜਾਣ ਦਿੰਦੇ ਨੇ ਤੇ ਕਿ ਜਗ੍ਹਾ ਤੇ ਜਰਾਬਾਂ ਲਾਉਣ ਲਈ ਕਹਿ ਦਿੱਤਾ ਜਾਂਦਾ ਸੋ ਵੱਖਰੋ ਵੱਖਰਾ ਜਿਹਾ ਸਿਸਟਮ ਹੈ ਇਸ ਬਾਰੇ ਸਾਫ਼ ਸਪਸ਼ਟ ਜਿਹੜੇ ਸੰਦੇਸ਼ ਨੇ ਉਹ ਪਿਛਲੇ ਸਾਲਾਂ ਦੇ ਵਿੱਚ ਅੱਜ ਤੱਕ ਸਭ ਤੋਂ ਜਾਰੀ ਹੋਏ ਨੇ ਯਾਦ ਕਰਾ ਦਈਏ ਕਿ 2013 ਦੇ ਵਿੱਚ ਸ਼੍ਰੀ ਕਲਤਖਸਬ ਤੋਂ ਇਸ ਤਰ੍ਹਾਂ ਦਾ ਹੁਕਮਨਾਮਾ ਸਾਹਿਬ ਜਾਰੀ ਹੋਇਆ ਉਸ ਤੋਂ ਪਹਿਲਾਂ ਵੀ ਹੋਏ ਨੇ ਕੁਰਸੀਆਂ ਬਾਬਤ ਤੇ ਤੁਹਾਨੂੰ ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਕਿ 1998 ਦੇ ਵਿੱਚ ਕੈਨੇਡਾ ਦੇ 6 ਸਿੱਖਾਂ ਨੂੰ ਜਿਹੜਾ ਸੀ ਉਹ ਪੰਥ ਵਿੱਚੋਂ ਛੇਕਿਆ ਗਿਆ ਸੀ ਇਸ ਕਰਕੇ ਕਿਉਂਕਿ ਉਹ ਉਲੰਘਣਾ ਕਰ ਰਹੇ ਸੀ ਤੇ ਜਿਹੜਾ ਲੰਗਰ ਖਾਲ ਦੇ ਵਿੱਚ ਕੁਰਸੀਆਂ ਤੇ ਤੇ ਮੇਜ਼ਾਂ ਤੇ ਬੈਠ ਕੇ ਲੰਗਰ ਜਿਹੜਾ ਛਕਿਆ ਜਾਂਦਾ ਸੀ ਅੱਜ ਵੀ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਪੱਕੇ ਤੌਰ ਤੇ ਟੇਬਲ ਤੇ ਕੁਰਸੀਆਂ ਲੱਗੇ ਹੋਏ ਨੇ ਤੇ ਜਦੋਂ ਕੋਈ ਵਿਆਹ ਸ਼ਾਦੀ ਜਾਂ ਕੋਈ ਹੋਰ ਸਮਾਗਮ ਹੁੰਦਾ ਹੈ ਤੇ ਬਾਰੋਂ ਕੇਟਰਿੰਗ ਵੀ ਕਰਵਾਈ ਜਾਂਦੀ ਹੈ ਤੇ ਉੱਥੇ ਫਿਰ ਟੇਬਲ ਤੇ ਕੁਰਸੀਆਂ ਲਾ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਸਿਸਟਮ ਹੈ ਹੁਣ ਇਹਦੇ ਬਾਰੇ ਕੌਮ ਨੇ ਕੀ ਕਰਨਾ ਹੈ ਤੇ ਫੈਸਲਾ ਕਿਸ ਨੇ ਲੈਣਾ ਹੈ ਤੇ ਇੱਕਸਾਰਤਾ ਕਿਵੇਂ ਲਿਆਉਣੀ ਹੈ ਵੱਡੀ ਗੱਲ ਇਹ ਹੈ ਅਮਰਪਾਲ ਸਿੰਘ ਹੁਣੇ ਠੀਕ ਕਰ ਰਹੇ ਨੇ ਉਹਨਾਂ ਦਾ ਤਰੀਕਾ ਗਲਤ ਹੋ ਸਕਦਾ ਇਹ ਸਾਰੀ ਜਿਹੜੀ ਵਿਚਾਰ ਹੈ ਨਾ ਇਸ ਵੇਲੇ ਹਰ ਇੱਕ ਦੀ ਜ਼ਬਾਨ ਤੇ ਹੈ ਇਸ ਬਾਰੇ ਜੇ ਇਕੱਲੇ ਦੁਕੱਲੇ ਅਸੀਂ ਕੋਈ ਗੱਲ ਕਰਾਂਗੇ ਤੇ ਉਸ ਨਾਲ ਨੁਕਸਾਨ ਹੋਵੇਗਾ ਇਸ ਬਾਰੇ ਬਹਿਸ ਨਹੀਂ ਕਰਨੀ ਚਾਹੀਦੀ ਵਾਰ-ਵਾਰ ਅਸੀਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਵੀ ਤੇ ਅੱਜ ਵੀ ਇਹ ਗੱਲ ਕਰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਪਹਿਲ ਕਦਮੀ ਕਰਨੀ ਚਾਹੀਦੀ ਹੈ 2013 ਦੇ ਹੁਕਮਨਾਮਾ ਸਾਹਿਬ ਦੀ ਅਸੀਂ ਗੱਲ ਕਰਦੇ ਆ ਕਿ ਉਦੋਂ ਇਹ ਹਦਾਇਤ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਗੁਰੂ ਦਰਬਾਰ ਦੇ ਵਿੱਚ ਜਾਂ ਦੀਵਾਨ ਹਾਲ ਦੇ ਵਿੱਚ ਕੋਈ ਇਸ ਤਰ੍ਹਾਂ ਗੁਰੂ ਦੀ ਬਰਾਬਰੀ ਨਾ ਕਰੇ ਉਹਨਾਂ ਵਾਸਤੇ ਵੱਖਰੇ ਤੌਰ ਤੇ ਕੋਈ ਸਕਰੀਨ ਲਾ ਕੇ ਜਾਂ ਇਸ ਤਰ੍ਹਾਂ ਦਾ ਕਰਕੇ ਪ੍ਰਬੰਧ ਕਰ ਦਿੱਤਾ ਜਾਵੇ ਕਈ ਗੁਰੂ ਘਰਾਂ ਦੇ ਵਿੱਚ ਕੀਤਾ ਵੀ ਇਸ ਤਰ੍ਹਾਂ ਹੋਇਆ ਹੁਣ ਜਿੱਥੇ ਕਿਤੇ ਕੋਈ ਥੋੜੀ ਬਹੁਤੀ ਉੱਚੀ ਨੀਚ ਉਸ ਨੂੰ ਇੱਕ ਸਾਰਤਾ ਲਿਆਉਣ ਲਈ ਤੇ ਇੱਕ ਸਾਫ਼ ਸਪਸ਼ਟ ਅੱਜ ਦੇ ਸਮੇਂ ਦੇ ਮੁਤਾਬਕ ਟੁਕਮਾ ਹੁਕਮਨਾਮਾ ਸਾਹਿਬ ਜਾਂ ਆਦੇਸ਼ ਜਿਹੜਾ ਹੈ ਜਿਵੇਂ ਉਹ ਜਾਰੀ ਕੀਤਾ ਜਾਵੇ ਜਿਸ ਨਾਲ ਸੰਗਤ ਦੇ ਵਿੱਚ ਜਿਹੜਾ ਇਸ ਤਰ੍ਹਾਂ ਕੋਈ ਭੰਬਲ ਪੂਸਾ ਨਾ ਪੈਦਾ ਹੋਵੇ ਤੇ ਸਾਰੇ ਗੁਰੂ ਘਰ ਜਿਹੜੇ ਨੇ ਉਸ ਮਰਿਆਦਾ ਨੂੰ ਫਾਲੋ ਕਰਨ ਉਸ ਨੂੰ ਸਮਝਿਆ ਜਾਵੇ ਤੇ ਦੇਸ਼ ਵਿਦੇਸ਼ ਦੀ ਸੰਗਤਾਂ 'ਕਿ ਸਾਫ਼ ਸਪਸ਼ਟ ਹੁਕਮਨਾਮਾ ਜਿਹੜਾ ਉਹ ਪਹੁੰਚੇ ਹੁਣ ਜਲੰਧਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਨਾਲ ਬਹਿਸ ਛੜ ਗਈ ਹੈ ਤੇ ਨਤੀਜੇ ਤੇ ਕੋਈ ਨਹੀਂ ਪਹੁੰਚ ਰਿਹਾ ਗੁਰਦੁਆਰਾ ਸਾਹਿਬ ਦੀ ਕਮੇਟੀ ਉੱਥੇ ਜਾਣ ਵਾਲੀ ਸੰਗਤ ਬੀਬੀਆਂ ਬਜ਼ੁਰਗ ਕਈ ਹੋਰ ਲੋਕ ਜਿਹੜੇ ਨੇ ਉਹ ਬੈਸ ਵਿੱਚ ਪਏ ਹੋਏ ਨੇ ਅਸੀਂ ਮੈਂ ਇੱਥੇ ਸਾਫ਼ ਇੱਕ ਵਾਰੀ ਫੇਰ ਕਰਦੇ ਹਾਂ ਅਸੀਂ ਬਿਲਕੁਲ ਕਿਸੇ ਬੈਸ ਨੂੰ ਇੱਥੇ ਨਹੀਂ ਕਹਿ ਰਹੇ ਅਸੀਂ ਬਾਰ-ਬਾਰ ਇਹੋ ਗੱਲ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਹਲਤਖ ਸਾਹਿਬ ਅੱਗੇ ਆਉਣ ਤੇ ਉਹਨਾਂ ਵੱਲੋਂ ਹੁਣ ਅੱਗੇ ਆਉਣ ਦੀ ਚਾਰਾਜੋਈ ਵੀ ਕੀਤੀ ਗਈ ਹੈ ਸੋ ਆ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਗੁਰੂ ਘਰ ਜਾ ਕੇ ਵਿਜ਼ਿਟ ਕਰਕੇ ਇਹ ਗੱਲ ਕੀਤੀ ਔਰ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਇਸ ਨਾਲ ਜਿਹੜਾ ਰੌਲਾ ਰਪਾ ਪੈਂਦਾ ਇਹ ਸਾਨੂੰ ਬਰਦਾ ਧਰਮ ਪ੍ਰਚਾਰ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਲਾ ਜਿਹੜਾ ਉੱਚਲ ਪਿਆ ਕਿ ਇਸ ਬਾਰੇ ਕੀ ਹੋਣਾ ਚਾਹੀਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਲਦੀ ਹੀ ਹੁਕਮਰਾਨਾ ਸਾਹਿਬ ਸਾਡੇ ਸਾਹਮਣੇ ਆਉਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਗਾਈਡਲਾਈਨਸ ਜਿਹੜੇ ਹਨ ਦਿਸ਼ਾ ਨਿਰਦੇਸ਼ ਨਿਯਮ ਜਿਹੜੇ ਨੇ ਉਹ ਸਾਡੇ ਸਾਹਮਣੇ ਰੱਖ ਦਿੱਤੇ ਜਾਣ ਇਸ ਬਾਰੇ ਜਿਹੜੀ ਇਕਤ੍ਰਤਾ ਹੈ ਉਹ ਉਹ ਜਿਹੜੀ ਹੈ ਰੋਪੜ ਦੇ ਜਿਹੜਾ ਗੁਰਦੁਆਰਾ ਪਠਾ ਸਾਹਿਬ ਵਿਖੇ ਜਿਹੜੀ ਆ ਉਹ ਕੀਤੀ ਗਈ ਹੈ ਮੀਟਿੰਗ ਹੋਈ ਹੈ ਤੇ ਹੋਰ ਮੀਟਿੰਗਾਂ ਵੀ ਹੋਣਗੀਆਂ ਜਿਸ ਵਿੱਚ ਬਹੁਤ ਸਾਰੇ ਲੋਕਾਂ ਦੇ ਵਿਚਾਰ ਵਿਚਾਰ ਜਿਹੜੇ ਇਹਨਾਂ ਨੂੰ ਲਿਆ ਜਾਵੇਗਾ ਜੋ ਇਸ ਵੇਲੇ ਮੌਜੂਦਾ ਤੌਰ ਤੇ ਹੋ ਰਿਹਾ ਇਸ ਨਾਲ ਜ਼ਾਹਿਰਾ ਤੌਰ ਤੇ ਵੱਡੀਆਂ ਪੈ ਰਹੀਆਂ ਨੇ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ